ਪੰਜਾਬ ਵਿੱਚ ਘੋੜਿਆਂ ਦੀ ਮੰਡੀਕਰਨ ਵਿਰਾਸਤੀ ਸ਼ਹਿਰ ਨਾਭਾ ਤੋਂ ਸ਼ੁਰੂ ਹੋ ਚੁੱਕਾ ਜੀਆਂ। ਨਾਭਾ ਦੇ ਮਹਾਰਾਜਾ ਹੀਰਾ ਸਿੰਘ ਵੱਲੋਂ ਉਸ ਸਮੇਂ ਨਵੇਂ ਘੋੜਿਆਂ ਦੀ ਮੰਗ ਕੀਤੀ ਗਈ ਸੀ ਅਤੇ ਫਿਰ ਮਹਾਰਾਜਾ ਦੇ ਸਲਾਹਕਾਰ ਮਹਿਤਾਬ ਸਿੰਘ ਨੇ ਮੰਡੀਕਰਨ ਕਰਕੇ ਵਧੀਆ ਘੋੜਿਆਂ ਦੀ ਖਰੀਦੋ ਫਰੋਖਤ ਕੀਤੀ ਅਤੇ ਉਸ ਸਮੇਂ ਤੋਂ ਹੀ ਪੰਜਾਬ ਵਿੱਚ ਮੰਡੀਕਰਨ ਸ਼ੁਰੂ ਹੋਇਆ। ਭਾਵੇਂ ਕਿ ਅੱਜ ਵੀ ਘੋੜਿਆਂ ਦੀ ਮੰਡੀ ਹਰ ਸ਼ਹਿਰ ਵਿੱਚ ਲਗਾਈ ਜਾਂਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਿਆਂ ਦੀ ਇਮਾਰਤਾਂ ਬਣਾ ਕੇ ਮੰਡੀਆਂ ਠੇਕੇਦਾਰਾਂ ਦੇ ਹੱਥ ਦੇ ਦਿੱਤੀਆਂ ਜਾਂਦੀਆਂ ਨੇ। ਪੰਜਾਬ ਸਰਕਾਰ ਨੇ ਹੁਣ ਪੰਜਾਬ ਦੀਆਂ ਸਾਰੀਆਂ ਮੰਡੀਆਂ ਦਾ ਇੱਕ ਸਾਲ ਦਾ ਠੇਕਾ 72 ਕਰੋੜ 43 ਲੱਖ ਰੁਪਏ ਦਾ ਦੇ ਦਿੱਤਾ, ਪਰ ਸਫਾਈ ਪੱਖੋਂ ਇਸਦਾ ਬੁਰਾ ਹਾਲ ਹੈ। ਨਾਭਾ ਦੀ ਪਸ਼ੂ ਮੰਡੀ ਵਿੱਚ 5 ਦਿਨਾਂ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਘੋੜੇ ਤਾਂ ਆਏ, ਪਰ ਠੇਕੇਦਾਰਾਂ ਵੱਲੋਂ ਮੰਡੀ ਵਿੱਚ ਕੋਈ ਸਹੂਲਤ ਨਾ ਦਿੱਤੇ ਜਾਣ 'ਤੇ ਘੋੜਿਆਂ ਦੇ ਮਾਲਕ ਕਾਫ਼ੀ ਨਿਰਾਸ਼ਾ ਵਿੱਚ ਵਿਖਾਈ ਦਿੱਤੇ। ਇਹ ਜਿਹੜੀ ਮੰਡੀ ਹੈ ਜੀ, ਇਹ ਪਰਸੋਂ ਤੋਂ ਸਟਾਰਟ ਹੋਈ ਸੀ। ਪਰਸੋਂ ਤੋਂ ਉਰੇ ਪਸ਼ੂ ਸਾਰੇ ਲੈ ਕੇ ਆਉਣੇ ਚਾਲੂ ਹੋ ਗਏ ਸੀ। ਕੱਲ੍ਹ ਮੇਨ ਦਿਨ ਸੀ, ਵਿਚਾਰਲਾ ਦਿਨ, ਅੱਜ ਲਾਸਟ ਡੇ ਹੈ। ਤੇ ਜਿਹੜੇ ਇੰਤਜ਼ਾਮ ਨੇ ਉਰੇ ਤਕਰੀਬਨ ਅਪ ਟੂ ਗ੍ਰੇਡ ਤਾਂ ਹੈ ਨਹੀਂ ਗੇ। ਗੰਦ ਬੜਾ ਪਾਇਆ ਹੋਇਆ, ਇਹਨਾਂ ਨੇ ਸਫਾਈ ਵੀ ਨਹੀਂ ਜ਼ਿਆਦਾ ਕਰੀ ਹੋਈ। ਜਿਵੇਂ ਟੈਂਟਸ ਵਗੈਰਾ ਵੀ ਪ੍ਰੋਪਰ ਲਾਈਨ 'ਚ ਨਹੀਂ ਲੱਗੇ ਹੋਏ। ਸਾਰਾ ਮਤਲਬ ਜਿਹੜੀ ਹੈਗੀ ਹੈ, ਜਿੰਨੀ ਵੀ ਟੋਟਲੀ ਇਹਨਾਂ ਦਾ ਮਿਸਮੈਨੇਜਮੈਂਟ ਅੱਗੇ ਨਜ਼ਰ ਆ ਰਹੀ ਹੈ। ਇੱਥੇ ਨਾ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਹੈਗਾ, ਕੋਈ ਸਫਾਈ ਨਹੀਂ। ਜੇ ਇਹਨਾਂ ਨੂੰ ਸਫਾਈ ਬਾਬਤ ਕਿਹਾ ਵੀ ਤੁਸੀਂ ਸਫਾਈ ਕਰਾਓ, ਤਾਂ ਇਹ ਕਹਿੰਦੇ ਵੀ ਜਿਹਨੇ ਆਪਣਾ ਜਾਨਵਰ ਬੰਨਣਾ ਉਹ ਆਪਣਾ ਕਰੇ ਜਾਂ ਨਾ ਕਰੇ। 100 ਰੁਪਈਆ ਇਹ ਡੰਗਰ ਦੀ ਫੀਸ ਲੈਂਦੇ ਨੇ, 4 ਰੁਪਈਆ ਸੈਂਕੜਾ ਜਿਹੜਾ ਯਾਰ ਅਸੀਂ ਡੰਗਰ ਵੇਚਦੇ ਹਾਂ, ਲੱਖ ਮੰਗਰ 4000 ਉਹ ਇਹਨਾਂ ਨੂੰ ਗੌਰਮੈਂਟ ਦੇ, ਇਹਨਾਂ ਦੇ ਠੇਕੇਦਾਰਾਂ ਲੱਭੇ ਜਾਂਦਾ। 2000 ਇਹ ਟੈਂਟ ਦਾ ਲੈਂਦੇ ਨੇ, ਬਲਕਿ ਟੈਂਟ ਦੀ ਕੋਈ ਸਹੂਲਤ ਨਹੀਂ। ਮਿੱਟੀ ਵੀ ਅਸੀਂ ਟਰਾਲੀਆਂ ਜੋ ਜਾਨਵਰ ਆਪਦਾ ਬੰਨਣਾ, ਮਿੱਟੀ ਵੀ ਆਪਣੀ ਲੈ ਕੇ ਆਉਣੀ। ਸਮਾਂ ਦੇ ਇੱਕ ਬਕਾਇਦਾ ਅਲਾਉਂਸਮੈਂਟ ਕਰੀ ਜਾਂਦੇ ਨੇ ਵੀ ਭਾਈ ਕੋਈ ਪੱਖਾ ਨਾ ਚਲਾਓ, ਆਪਣੇ ਜਾਨਵਰ ਵਾਸਤੇ ਜਨਰੇਟਰ ਦਾ ਆਪ ਪ੍ਰਬੰਧ ਕਰੋ। ਸਾਡੀ ਤਾਰ ਲਾਈਟ ਖਰਾਬ ਹੈ, ਜੇ ਤੁਸੀਂ ਲੋਡ ਪਾਓਗੇ ਪੜਾਕੇ ਪੈ ਜਾਣਗੇ। ਇਹ ਇਹਨਾਂ ਦੀ ਬਾਰ ਬਾਰ ਅਲਾਉਂਸਮੈਂਟ ਹੋ ਰਹੀ ਹੈ। ਇੰਨੀਆਂ ਸਹੂਲਤਾਂ ਹੈ ਨਹੀਂ ਜਿੰਨੀਆਂ ਚਾਹੀਦੀਆਂ ਨੇ ਮੰਡੀ 'ਚ। ਉਹ ਇੰਨੀ ਕੋਈ ਨਾ ਹੀ ਕੋਈ ਠੰਡੇ ਪਾਣੀ ਦਾ ਸਿਸਟਮ ਆ, ਹਰੇਕ ਚੀਜ਼ ਮੁੱਲ ਦੀ ਆ। ਕੋਈ ਪੈਂਡਾ ਇਹ ਹੁਣ ਤੰਬੂ ਲਾਏ ਹੋਏ ਨੇ, ਇਹਨਾਂ ਦਾ ਵੀ ਤੁਸੀਂ ਲਾ ਲਓ ਵੀ ਘੱਟੋ ਘੱਟ 7-8 ਹਜ਼ਾਰ ਰੁਪਏ ਇੱਕ ਤੰਬੂ ਦਾ ਕਰਾਇਆ ਸਟੋਰੀ ਦਾ। ਹਾਂ, ਇਹ ਕੁਰਸੀਆਂ ਅੱਡ ਨੇ, ਪੱਖੇ ਅੱਡ ਨੇ ਵੀ, ਚਲੋ ਇੰਨਾ ਆਪਾਂ ਕਹਿ ਨਹੀਂ ਸਕਦੇ। ਇਹਨਾਂ ਦਾ ਤੁਸੀਂ ਇੱਧਰ ਦੇਖ ਸਕਦੇ ਹੋ, ਚਿੱਕੜ ਦੇਖ ਲਓ ਇੱਧਰ।